ਪੰਜਾਬ ਦੇ ਵਿੱਚ ਬਿਜਲੀ ਸੰਕਟ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਲੰਬੇ ਕੱਟ ਲੱਗ ਰਹੇ ਨੇ ਲੋਕ ਪਰੇਸ਼ਾਨ ਨੇ ਲੋਕ ਪੱਖੀਆਂ ਚੱਲਣ ਨੂੰ ਮਜਬੂਰ ਹੋ ਚੁੱਕੇ ਨੇ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਵੇਂ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਕਿਸਾਨ ਕਰ ਰਹੇ ਨੇ ਉਸੇ ਖਬਰ ਤੇ ਜੀ ਪੰਜਾਬ ਦੇ ਵਰਡਸ਼ਿਪ ਇਤਕਮੇਸ਼ਵਰੀ ਜਿਆਦਾ ਜਾਣਕਾਰੀ ਨਹੀਂ ਸੰਪਨਗੇ ਨੀਤੀ ਕਾ ਹਾਲੇ ਹੋਰ ਕਿੰਨਾ ਇੰਤਜ਼ਾਰ ਕਰਨਾ ਪੈ ਗਿਆ ਪੰਜਾਬ ਨੂੰ ਪੱਖੀਆਂ ਚੱਲਦੇ ਪੰਜਾਬੀ ਦੇਖੇ ਨਹੀਂ ਜਾਂਦੇ ਦੇਖੋ ਬੜਾ ਰੋਸ ਪ੍ਰਟਾਵਾ ਲੋਕਾਂ ਦੇ ਦਿਲਾਂ ਵਿੱਚ ਹੈ ਬਿਲਕੁਲ ਕਿਸ਼ਨ ਕਿਉਂਕਿ ਲੋਕਾਂ ਨੇ ਬਹੁਤ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀਗਾ ਕਿ 300 ਯੂਨਿਟ ਤੱਕ ਫ੍ਰੀ ਬਿਜਲੀ ਦਿੱਤੀ ਜਾਏਗੀ ਤੇ 24 ਘੰਟੇ ਜਿਹੜੀ ਬਿਜਲੀ ਦਿੱਤੀ ਜਾਏਗੀ ਜਦਕਿ ਜਦੋਂ ਉਹਨਾਂ ਦਾ ਜਦੋਂ ਪਹਿਲਾ ਸੈਸ਼ਨ ਸੀਗਾ ਉਦੋਂ ਹੀ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ 24 ਘੰਟੇ ਬਿਜਲੀ ਦੇਣਾ ਹਲੇ ਸੰਭਵ ਨਹੀਂ ਹੋ ਪਾਏਗਾ 2-3 ਸਾਲ ਜ਼ਰੂਰ ਲੱਗ ਜਾਣਗੇ ਕਿਉਂਕਿ ਪੂਰਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਤਿਆਰ ਕਰਨਾ ਹੈ ਪਰ ਇਸ ਤਰ੍ਹਾਂ ਬਿਜਲੀ ਦੇ ਲੰਬੇ-ਲੰਬੇ ਕੱਟ ਉਹ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਪਰੇਸ਼ ਜੀ ਜਿਹੜੇ ਜਿਹੜੇ ਪਲੈਂਟ ਬੰਦ ਪਏ ਸੀ ਉਸ ਨੂੰ ਚਲਾ ਰਿਹਾ ਤੇ ਜਲਦ ਹੀ ਬਿਜਲੀ ਜਿਹੜੀ ਹੈ ਸਾਰੇ ਲੋਕਾਂ ਨੂੰ ਮਿਲੇਗੀ ਖਾਸ ਤੌਰ ਤੇ ਅੱਜ ਵੀ ਕਿਹਾ ਗਿਆ ਕੱਲ ਵੀ ਪਾਵਰ ਮਨਿਸਟਰ ਜਿਹੜੇ ਨੇ ਉਹਨਾਂ ਦੀ ਬਾਈਟ ਜਿਹੜੀ ਆਈ ਸੀ ਉਹਨਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀਗਾ ਕਿ ਜਿਹੜੇ ਜਿਹੜੇ ਪਲੈਂਟ ਬੰਦ ਪਏ ਸੀਗੇ ਅਸੀਂ ਉਸ ਨੂੰ ਚਲਾ ਰਿਹਾ ਕੋਇਲੇ ਦੀ ਕਮੀ ਜ਼ਰੂਰ ਹੈ ਨਾ ਸਿਰ ਪੰਜਾਬ ਪੰਜਾਬ ਚ ਬਲਕਿ ਦੂਜੀਆਂ ਸਟੇਟਸ ਦੇ ਵਿੱਚ ਵੀ ਕੋਇਲੇ ਦੀ ਕਮੀ ਹੈ ਇਹੀ ਕਾਰਨ ਹੈ ਕਿ ਪੂਰਾ ਟਾਈਮ ਜਿਹੜੀ ਹੈ ਉਹ ਬਿਜਲੀ ਨਹੀਂ ਦਿੱਤੀ ਜਾ ਰਹੀ ਤੇ ਕਹਿੰਦੇ ਸਰਕਾਰ ਨੂੰ ਲਿਖਿਆ ਵੀ ਹੈ ਤੇ ਕਹਿੰਦੇ ਸਰਕਾਰ ਤੋਂ ਅਪੀਲ ਵੀ ਕੀਤੀ ਹੈ ਕਿ ਜਿਹੜੀ ਕੋਇਲ ਜਿਹੜੀ ਕੋਲ ਦੀ ਘਾਟ ਹੈ ਉਸ ਨੂੰ ਪੂਰਾ ਜਿਹੜਾ ਹੈ ਜਲਦ ਤੋਂ ਜਲਦ ਕੀਤਾ ਜਾ ਸਕੇ ਪ੍ਰਨਾਲੀ ਤੋਂ ਹੁੰਦਾ ਸੀ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਪਾਵਰ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਹੈ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਜੇ ਹੀ ਡਿਫਾਲਟਰ ਨੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਬਿਜਲੀ ਦੇ ਜਿਹੜੇ ਬਿੱਲ ਨੇ ਉਹ ਹੀ ਨਹੀਂ ਦਿੱਤੇ ਤੇ ਉਹਨਾਂ ਤੇ ਕਾਰਵਾਈ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਰੋੜਾਂ ਦੇ ਵਿੱਚ ਤੋ ਅੰਦਾਜ਼ੇ ਕਿ ਬਕਾਇਆ ਰਾਸ਼ੀ ਹੈ ਬਿਜਲੀ ਦੀ ਕਿਉਂਕਿ ਜੇ ਗੱਲ ਕੀਤੀ ਜਾਵੇ 900 ਦੇ ਕਰੀਬ ਅਜੇ ਹੀ ਡਿਫਾਲਟਰ ਨੇ ਜਿਨ੍ਹਾਂ ਦੇ ਪ੍ਰਤੀ ਕਨੈਕਸ਼ਨ ਦੀ ਜੇ ਗੱਲ ਕੀਤੀ ਜਾਵੇ ਤਾਂ 5 ਲੱਖ ਤੋਂ ਜ਼ਿਆਦਾ ਬਕਾਇਆ ਉਹਨਾਂ ਦਾ ਪਿਆ ਹੈ ਜਿਹੜਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਦੇਣਾ ਹੈ ਬਿਜਲੀ ਦਾ ਨਾਲ ਹੀ ਜੇ ਦਰਜਨਾ ਡਿਫਾਲਟਰ ਅਜੇ ਵੀ ਨੇ ਜਿਨ੍ਹਾਂ ਨੇ 1 ਕਰੋੜ ਤੋਂ ਉੱਤੇ ਜਿਹੜਾ ਬਿਜਲੀ ਦਾ ਬਕਾਇਆ ਦੇਣਾ ਹੈ ਤੇ ਜੇ ਘਰੇਲੂ ਖਪਤਕਾਰਾਂ ਦੀ ਗੱਲ ਕੀਤੀ ਜਾਵੇ ਦੇਖੋ ਇਸ ਆਮ ਲੋਕਾਂ ਦੀ ਵੀ ਕਿਤੇ ਨਾ ਕਿਤੇ ਜਿਹੜੀ ਕਹਿ ਸਕਦੇ ਆ ਕਿ ਲਾਪਰਵਾਹੀ ਹੈ ਕਿ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਘਰੇਲੂ ਖਪਤਕਾਰਾਂ ਦੀ ਤਾਂ 42% ਡਿਫਾਲਟਰ ਨੇ ਯਾਨੀ ਕਿ ਜਿਹੜੇ ਆਪਣੇ ਬਿਜਲੀ ਦੇ ਬਿੱਲ ਨਹੀਂ ਭਰਦੇ ਤਾਂ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਇਹ ਪਹਿਲਾ ਕਿਉਂਕਿ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਦੇ ਕੋਈ ਐਕਸ਼ਨ ਹੀ ਨਹੀਂ ਲਿਆ ਡਿਫਾਲਟਰਸ ਤੇ ਅਸੀਂ ਜਿੱਥੇ ਇੱਕ ਪਾਸੇ ਕੋਇਲੇ ਦੀ ਘਾਰ ਜਿਹੜੀ ਹੈ ਉਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਬੰਦ ਪਏ ਪਲੈਂਟ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਦੂਜੇ ਪਾਸੇ ਜਿਹਨੇ ਡਿਫਾਲਟਰਸ ਨੇ ਉਹਨਾਂ ਤੇ ਵੀ ਕਾਰਵਾਈ ਕਰ ਰਹੇ 100 ਕਰੋੜ ਰੁਪਏ ਦੀ ਜਿਹੜੀ ਰਿਕਵਰੀ ਕਰਵਾਉਣੀ ਹੈ ਬਹੁਤ ਸ਼ੁਕਰੀਆ ਫਿਲਹਾਲ ਦੀ ਖੜੀ